ਖੰਨਾ 'ਚ ਮੁੜ ਲੁੱਟ ਦੀ ਵਾਰਦਾਤ। ਘਰਦਿਆਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਮਾਰਿਆ ਡਾਕਾ। ਪੰਜਾਬ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਹੀ ਵੱਧਦੀਆਂ ਜਾ ਰਹੀਆਂ ਨੇ ਤੇ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਖੰਨਾ ਤੋਂ, ਜਿੱਥੇ ਕਿ ਬੀਤੀ ਰਾਤ ਦੋ ਚੋਰਾਂ ਨੇ ਘਰ ਅੰਦਰ ਵੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਘਰ ਅੰਦਰ ਦਾਖਲ ਹੋ ਕੇ ਪਹਿਲਾਂ ਮਾਂ ਅਤੇ ਪੁੱਤ ਨੂੰ ਮੋਬਾਈਲ ਕੇਬਲ ਨਾਲ ਬੰਨਿਆ ਅਤੇ ਫਿਰ ਮੂੰਹ 'ਤੇ ਚੇਪੀਆਂ ਲਗਾ ਦਿੱਤੀਆਂ ਤਾਂ ਕਿ ਉਹ ਸ਼ੋਰ ਨਾ ਮਚਾ ਸਕਣ, ਅਤੇ ਬਾਅਦ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਏ। ਇਸ ਮਗਰੋਂ ਕਰੜੀ ਮੁਸ਼ਕਤ ਨਾਲ ਲੜਕੇ ਨੇ ਮੋਬਾਈਲ ਕੇਬਲ ਨੂੰ ਖੋਲ੍ਹ ਕੇ ਘਰ ਦੇ ਅੰਦਰੋਂ ਬਾਹਰ ਨਿਕਲਿਆ ਅਤੇ ਰੌਲਾ ਪਾ ਕੇ ਆਲੇ ਦੁਆਲੇ ਗੁਆਂਢੀਆਂ ਨੂੰ ਇਕੱਠਾ ਕੀਤਾ ਅਤੇ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਇਸ ਸੰਬੰਧ ਵਿੱਚ ਜਦੋਂ ਪਰਿਵਾਰ ਦੇ ਪੀੜਤ ਮੁਖੀ ਨਾਲ ਗੱਲਬਾਤ ਕੀਤੀ ਤਾਂ ਉਹਨੇ ਕੀ ਦੱਸਿਆ, ਆਓ ਤੁਸੀਂ ਵੀ ਸੁਣੋ। ਆਹ ਦੱਸਦੇ ਨੇ ਕਿ ਮੁੰਡੇ 20-25 ਸਾਲ ਦੇ ਵਿੱਚ ਕੇ ਮੁੰਡੇ ਸੀਗੇ, ਤਿੰਨੋਂ ਚਾਰੋਂ ਸਵਾਲ ਸਾਰੇ ਕੇ ਮੋਨੇ ਸੀਗੇ। ਮੋਨੇ ਦੱਸ ਰਹੇ ਸਾਰੇ ਮੋਨੇ ਸੀਗੇ, ਮੂੰਹ ਬੱਧੇ ਸੀਗੇ। ਹਾਂਜੀ, ਮੂੰਹ ਬੰਦੇ ਵੇ ਮੂੰਹ ਮਾਸ ਵਗੈਰਾ ਲਾਇਆ ਸੀ ਉਹਨਾਂ ਨੇ, ਕੋਈ ਛੋਟਾ ਮੋਟਾ, ਬਾਕੀ ਮੂੰਹ ਸਾਫ਼ ਸੀ ਉਹਨਾਂ ਦਾ। ਇਹ ਨਹੀਂ ਪਤਾ ਲੱਗਾ ਆਏ ਕਰਦੇ ਨੇ ਉਹ? ਨਹੀਂ ਨਹੀਂ, ਆਹ ਪਤਾ ਨਹੀਂ ਲੱਗਿਆ, ਉਹ ਦਰਵਾਜ਼ਾ ਖੋਲ੍ਹ ਕੇ ਪੈਦਲ ਗਈ ਹੈ ਇਹ ਤਾਂ ਇਹਨਾਂ ਨੂੰ ਪਤਾ ਹੈ, ਲੇਕਿਨ ਆਉਣ ਵੇਲੇ ਇਹਨਾਂ ਨੂੰ ਕੋਈ ਪਤਾ ਨਹੀਂ ਕਿ ਕਿੱਥੇ ਨੂੰ ਚੱਲੇ ਨੇ, ਉਹ ਕਿੱਥੇ ਨੂੰ ਆਏ ਨੇ, ਕਿਵੇਂ ਪਹੁੰਚੇ। ਜਦੋਂ ਇੱਥੋਂ ਗਏ ਨੇ ਇਹਨਾਂ ਨੂੰ ਹੋਸ਼ ਸੀਗੀ? ਮੁੰਡੇ ਨੂੰ ਹੋਸ਼ ਸੀਗੀ ਥੋੜ੍ਹੀ ਜਿਹੀ, ਮੁੰਡਾ ਫਿਰ ਕਿਸਰਤਾ ਕਿਸਰਤਾ ਆਪਣੇ ਭਾਈ ਦਾ ਨਾਲ ਹੀ ਮਕਾਨ ਹੈ ਉਹਨਾਂ ਦਾ ਤਕਰੀਬਨ 100 ਮੀਟਰ ਤੇ, ਉਹਨਾਂ ਦੇ ਘਰ ਤੱਕ ਪਹੁੰਚਾ, ਉਹਨਾਂ ਨੂੰ ਜਮਨ ਲਾਤਾਂ ਦੇ ਨਾਲ ਜਮਨ ਦਾ ਦਰਵਾਜ਼ਾ ਖੜਕਾਇਆ, ਇਸ ਘਟਨਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਾਰੀ ਘਟਨਾ ਦਾ ਜਾਇਜ਼ਾ ਲੈਂਦਿਆਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕੀ ਦੱਸਿਆ, ਆਓ ਤੁਸੀਂ ਵੀ ਸੁਣੋ। ਤਾਲਿਫ ਦੇ ਘਰੇ ਰਾਤ ਕਹਿੰਦਾ ਸੀ ਮੇਰੀ ਚੋਰੀ ਹੋ ਗਈ, ਵੀ 2-3 ਬੰਦੇ ਆਏ ਸੀਗੇ ਤੇ ਸਾਡਾ ਕੈਸ਼ ਲੈ ਗਏ ਤੇ ਸੋਨਾ ਲੈ ਗਏ। ਜਦੋਂ ਅਸੀਂ ਆ ਕੇ ਸਰਚ ਕੀਤਾ ਤੇ ਪੈਸੇ ਵੀ ਅਲਮਾਰੀ ਦੇ ਵਿੱਚ ਮਿਲ ਗਏ ਸੀ, ਜਿਹੜਾ ਉਹਨਾਂ ਦਾ ਸੋਨਾ ਵਗੈਰਾ ਸੀ ਉਹ ਵੀ ਸਾਰਾ ਪੇਟੀ 'ਚੋਂ ਹੀ ਮਿਲ ਗਿਆ ਸੀਗਾ। ਇਹਦਾ ਕੀ ਕਾਰਨ ਹੋ ਸਕਦਾ ਜੀ? ਹੋ ਸਕਦਾ ਕੋਈ ਚੋਰੀ ਦੇ ਮਕਸਦ ਨਾਲ ਆਇਆ ਹੋਵੇ। ਜਿਹੜੇ ਕਹਿੰਦੇ ਸੱਟਾਂ ਲਾ ਕੇ ਜਿਹੜੇ ਮਾਤਾ ਜੀ ਹਾਲਤ ਕਹਿਜੀ ਹੈ ਜੀ? ਮੈਨੂੰ ਬਿਲਕੁਲ ਨੋਰਮਲ ਹੈ, ਸਿੰਪਲ ਹੈਗੀ ਹੈ, ਕੋਈ ਸਿੰਪਲ ਸੱਟ ਨਹੀਂ। ਜਿਹੜਾ ਬੇਟਾ ਤੇ ਮਾਂ ਦਾਖਲ ਹੋਏ ਸੀ? ਬੇਟਾ ਹੀ ਸਾਡੇ ਨਾਲ ਆ ਕੇ ਦੇਖ ਕੇ ਗਿਆ, ਉਸੇ ਨੇ ਆਪਣੇ ਸਮਾਨ ਖੋਲਿਆ ਤੇ ਉਹ 'ਚ ਦੇਖਿਆ ਕੁਛ ਨਹੀਂ ਹੈਗਾ। ਚੜ੍ਹਦੀ ਕਲਾ ਟਾਈਮ ਟੀਵੀ ਲਈ ਖੰਨਾ ਤੋਂ JS ਰਿਆੜ ਦੀ ਰਿਪੋਰਟ।